ਇਮਰਾਨ। ਸਿੱਧਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ 'ਚ ਲੈ ਚੱਲਦੇ ਹਾਂ। ਹਰਚਰਨ ਬੈਂਸ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਨੇ। ਆਪਣੇ ਅੱਜ ਕੱਲ੍ਹ ਉਹ ਨਕਲੀ ਦੀਵਾਰਾਂ ਵੀ ਮਿਲ ਜਾਂਦੀਆਂ ਨਾ ਪਲਾਸਟਿਕ ਦੀਆਂ, ਉਹ ਫਟਾਫਟ ਲਾ ਲੂ ਕੇ ਇੱਕ ਇਹਨਾਂ ਨੇ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਕਰ ਰਹੇ ਸੀਗੇ। ਜਦ ਤੱਕ ਫਿਰ ਉਹ ਜਨਕਪੁਰੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਇੱਥੇ ਸਾਡਾ ਪਾਰਕ ਹੀ ਖਰਾਬ ਕਰ ਰਹੇ, ਬੱਚਿਆਂ ਨੇ ਇੱਥੇ ਖੇਡਣਾ ਹੁੰਦਾ, ਗਰਾਸ ਲੱਗਿਆ ਹੋਇਆ, ਉਹ ਬੰਦੇ ਇਕੱਠੇ ਹੋ ਕੇ ਆ ਗਏ ਸਾਰੇ। ਔਰ ਇਹ ਮੈਂ ਜਿਹੜਾ ਕਹਿੰਦਾ ਕੇਜਰੀਵਾਲ ਸਾਹਿਬ, ਇਹ ਕਹਿਣ ਨਹੀਂ ਹੋਇਆ, ਉਹਨਾਂ ਨੇ ਆ ਕੇ ਇਹਨਾਂ ਦੇ ਬੰਦਿਆਂ ਨੂੰ ਉੱਥੇ ਦੜਾਇਆ ਔਰ ਦੜਾ ਕੇ ਇਹਨਾਂ ਨੂੰ ਉੱਥੇ ਉਹ ਜਿਹੜਾ ਬਣਾਉਣਾ ਚਾਹੁੰਦੇ ਸੀਗੇ, ਮਤਲਬ ਬੱਚਿਆਂ ਨੇ ਖੇਡਣਾ ਪਾਰਕ ਵਿੱਚ ਬਣਾਉਣਾ ਦਿਖਾਉਣਾ ਚਾਹੁੰਦੇ ਸੀਗੇ, ਲੋਕ ਬਾਹਰਲੇ ਬੰਦੇ ਨੂੰ ਜਿਹੜਾ ਆਇਆ ਹੋਇਆ ਸੀ VIP ਉਹਨੂੰ ਦਿਖਾਉਣਾ ਚਾਹੁੰਦੇ ਸੀਗੇ, ਉਹ ਉਹਨਾਂ ਨੇ ਲੋਕਾਂ ਨੇ ਦੜਾਏ, ਕਰਾਊਡ ਇਕੱਠੀ ਹੋ ਕੇ ਇਹਨਾਂ ਨੂੰ ਦੜਾਇਆ, ਇਹਨਾਂ ਦੇ ਬੰਦਿਆਂ ਨੂੰ, ਇਹਨਾਂ ਦੇ ਮਿਨਿਸਟਰ ਵੀ ਉੱਥੇ ਗਏ ਸੀਗੇ ਉਸ ਵੇਲੇ। ਇੱਦਾਂ ਹੀ ਇੱਕ ਹੋਰ ਜਗ੍ਹਾ ਆ ਦਿੱਲੀ ਦੇ ਵਿੱਚ, ਤੁਸੀਂ ਸਾਰੇ ਜਾਣਦੇ ਹੋਣੇ ਕਿ ਤੁਸੀਂ ਦਿੱਲੀ ਤੋਂ, ਆਪਾਂ ਸਾਰੇ ਵਾਕਫੀ ਹਾਂ, ਕੇਜਰੀਵਾਲ ਸਾਹਿਬ ਨੂੰ ਲੱਗਦਾ ਨਹੀਂ ਹੈਗੇ, ਪਰ ਆਪਾਂ ਆਪਣੇ 'ਚ ਬਹੁਤ ਬੰਦੇ ਦਿੱਲੀ, ਮੇਰੇ ਤਾਂ ਖੈਰ ਉੱਥੇ ਰਿਸ਼ਤੇਦਾਰੀ ਵੀ ਹੈ ਅਤੇ ਮੇਰੇ ਵੱਡੇ ਭਾਈ ਸਾਹਿਬ ਦੀ ਫੈਮਿਲੀ ਉੱਥੇ ਆ। ਵਿਦਯੁਤ ਨਗਰ ਹੈ ਇੱਕ ਦਿੱਲੀ ਦੇ ਵਿੱਚ, ਵਿਦਯੁਤ ਨਗਰ, ਉੱਥੇ ਇਹਨਾਂ ਨੇ ਇੱਕ ਬਣਾਇਆ ਮੁਹੱਲਾ ਕਲੀਨਿਕ, ਔਰ ਇਹ ਇੰਡੀਆ ਟੂਡੇ ਦੀ ਰਿਪੋਰਟ 'ਚ ਵੀ ਹੈ। ਵਿਦਯੁਤ ਨਗਰ 'ਚ ਇਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ, ਫੋਟੋਆਂ ਖਿਚਾਈਆਂ, TV 'ਤੇ ਖਬਰਾਂ ਲਵਾਈਆਂ ਕਿ ਦੇ ਦਿਖੇ ਯੇ ਹਮ ਦੇਸ਼ ਮੈਂ ਐਸਾ ਚਾਹਤੇ ਹੈ, ਦੇਸ਼ ਮੈਂ ਕੁਛ ਹੋ ਨਹੀਂ ਰਿਹਾ ਹੈ, ਬੁਰਾ ਹਾਲ ਹੈ। ਉਹ ਬਣਾਇਆ, ਬਣਾ ਕੇ ਸੋਹਣੇ ਸੋਹਣੇ ਕਲੀ ਕੁਲੀ ਕਰਕੇ, ਜਿੱਦਾਂ ਮੈਂ ਕਹਿੰਦਾ ਹੁੰਦਾ ਨਾ, ਉਹ ਸ਼ਾਨ ਸ਼ਕਤ ਕਰਕੇ ਫੋਟੋਆਂ ਖਿਚਾ ਕੇ ਵੀਡੀਓ ਕਰਕੇ ਚਲੇ ਗਏ। ਇਹਨਾਂ ਨੂੰ ਸੀਗਾ ਹੁਣ ਕਿਹੜਾ ਕਿਸੇ ਨੇ ਦੇਖਣਾ। ਉਹ ਬਾਅਦ 'ਚ ਕੋਈ ਤੁਹਾਡੇ ਵਰਗੇ ਪੱਤਰਕਾਰ, ਉਹਨਾਂ ਨੂੰ ਪਤਾ ਹੁੰਦਾ ਨਾ ਇਹਨਾਂ ਨੇ ਕਰਨਾ ਕੀ ਹੈ, ਉਹ ਸਾਡੇ ਨਾਲੋਂ ਜ਼ਿਆਦਾ ਜਾਣਦੇ ਇਹਨਾਂ ਨੂੰ, ਉਹ ਕੁਛ ਦਿਨਾਂ ਬਾਅਦ ਉੱਥੇ ਚਲੇ ਗਏ ਦੇਖਣ ਵਾਸਤੇ ਵਿਦਯੁਤ ਨਗਰ ਦੇ ਵਿੱਚ। ਚੈੱਕ ਕਰ ਲਓ, ਮੈਂ ਤੁਹਾਨੂੰ ਸਪੈਸੀਫਿਕ ਜਗ੍ਹਾ ਦਾ ਨਾਂ ਦੱਸ ਰਿਹਾ। ਉਹ ਉੱਥੇ ਜਾ ਕੇ ਜਦੋਂ ਪੱਤਰਕਾਰਾਂ ਨੇ ਦੇਖਿਆ ਵੀ ਉਹਦਾ ਇੱਥੇ ਮੁਹੱਲਾ ਕਲੀਨਿਕ ਸ਼ੁਰੂ ਕੀਤਾ ਸੀਗਾ, ਨਜ਼ਰੀਆ ਨਹੀਂ ਆ ਰਿਹਾ ਕਿਤੇ, ਤਾਂ ਪਤਾ ਲੱਗਾ ਨਹੀਂ ਉਹ ਉੱਥੇ ਸੀਗਾ। ਉਹ ਉੱਥੇ ਫਿਰ ਉਹ ਗਏ ਵੀ ਦੇਖੀਏ ਮੁਹੱਲਾ ਕਲੀਨਿਕ, ਡਾਕਟਰ ਨਰਸਾਂ ਹੋਣਗੀਆਂ, ਤਾਂ ਉੱਥੇ ਜਨਾਬ ਕੀ ਨਿਕਲਿਆ, ਡੰਪਿੰਗ, ਯਾਨੀ ਕਿ ਹਰਚਰਨ ਬੈਂਸ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਨਿਸ਼ਾਨੇ ਸਾਧ ਰਹੇ ਨੇ ਅਰਵਿੰਦ ਕੇਜਰੀਵਾਲ 'ਤੇ। ਦਿੱਲੀ ਦੇ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਦਾਅਵਿਆਂ ਨੂੰ ਲੈ ਕੇ ਅਕਾਲੀ ਦਲ ਕੇਜਰੀਵਾਲ ਸਰਕਾਰ ਨੂੰ ਘੇਰ ਰਿਹਾ ਹੈ। ਉੱਧਰ ਕੇਜਰੀਵਾਲ ਪੰਜਾਬ 'ਚ ਨੇ ਔਰ ਸ਼ਹਿਰਾਂ ਦੇ ਲਈ ਅੱਜ ਕੇਜਰੀਵਾਲ ਨੇ ਇੱਕ ਨਵੀਂ ਗਰੰਟੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਦਿੱਲੀ ਵਾਂਗ ਪੰਜਾਬ ਦੇ ਵਿੱਚ ਵੀ ਅਸੀਂ CCTV ਕੈਮਰੇ ਲਵਾਵਾਂਗੇ, ਸ਼ਹਿਰਾਂ 'ਚ 24 ਘੰਟੇ ਬਿਜਲੀ ਪਾਣੀ ਦੀ ਸਪਲਾਈ ਕਰਾਂਗੇ, ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਜਾਏਗਾ, ਸ਼ਹਿਰਾਂ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਇਆ ਜਾਏਗਾ, ਦਿੱਲੀ ਦੀ ਤਰਜ ਤੇ ਪੰਜਾਬ ਦੇ ਸ਼ਹਿਰਾਂ 'ਚ ਅਸੀਂ ਕੰਮ ਕਰਾਂਗੇ। ਇਹ ਐਲਾਨ ਅੱਜ ਕੇਜਰੀਵਾਲ ਵੱਲੋਂ ਕੀਤੇ ਗਏ ਨੇ। ਗਰੰਟੀ ਦਿੱਤੀ ਗਈ ਹੈ ਸ਼ਹਿਰਾਂ ਦੀ ਕਿ ਕੋਈ ਵੀ ਨਵਾਂ ਟੈਕਸ ਨਹੀਂ ਲਾਵਾਂਗੇ, ਬਿਜਲੀ ਪਾਣੀ ਦੀ ਸਪਲਾਈ ਕਰਾਂਗੇ, 24 ਘੰਟੇ ਬਿਜਲੀ ਸਪਲਾਈ ਸ਼ਹਿਰਾਂ ਨੂੰ ਦਿੱਤੀ ਜਾਵੇਗੀ। ਦਿੱਲੀ ਵਾਂਗ ਪੰਜਾਬ ਦੇ ਵਿੱਚ ਵੀ CCTV ਕੈਮਰੇ ਲਾਏ ਜਾਣਗੇ, 24 ਘੰਟੇ ਬਿਜਲੀ ਸਪਲਾਈ ਹੋਏਗੀ ਔਰ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਜਾਏਗਾ। ਇਹ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਸ਼ਹਿਰਾਂ ਨੂੰ ਲੈ ਕੇ ਇੱਕ ਹੋਰ ਗਰੰਟੀ ਦਿੱਤੀ ਗਈ ਹੈ। ਹੁਣ ਗੱਲ ਕਰ ਲੈਂਦੇ ਹਾਂ ਨਾਮਜ਼ਦਗੀਆਂ ਦੀ। ਅੱਜ ਚੌਥਾ ਦਿਨ ਹੈ ਨਾਮਜ਼ਦਗੀਆਂ ਦਾ ਔਰ ਚੌਥੇ ਦਿਨ ਕਈ ਦਿੱਗਜਾਂ ਵੱਲੋਂ ਨੋਮੀਨੇਸ਼ਨ ਦਾਖਲ ਕੀਤੇ ਗਏ ਨੇ। 4 ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਅੰਮ੍ਰਿਤਸਰ ਈਸਟ ਨਵਜੋਤ ਸਿੰਘ ਸਿੱਧੂ, ਬਹੁਤ ਹੌਟ ਸੀਟ ਹੈ, ਬਿਕਰਮ ਮਜੀਠੀਆ ਪਹੁੰਚ ਚੁੱਕੇ ਨੇ ਸਿੱਧੂ ਦੇ ਸਾਹਮਣੇ। ਕੱਲ੍ਹ ਮਜੀਠੀਆ ਨੇ ਕਾਗਜ਼ ਭਰੇ ਸੀ, ਅੱਜ ਸਿੱਧੂ ਕਾਗਜ਼ ਘਰ ਭਰਨ ਪਹੁੰਚੇ ਨੇ। ਧੂਰੀ ਤੋਂ ਭਗਵੰਤ ਮਾਨ ਨੇ ਕਾਗਜ਼ ਭਰੇ ਨੇ। ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਗਜ਼ ਦਾਖਲ ਕੀਤੇ ਗਏ ਨੇ ਔਰ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਆਪਣੇ ਕਾਗਜ਼ ਭਰੇ ਨੇ। 4 ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਅੰਮ੍ਰਿਤਸਰ ਈਸਟ ਜਿੱਥੋਂ ਨਵਜੋਤ ਸਿੱਧੂ ਪਹੁੰਚੇ, ਧੂਰੀ ਤੋਂ ਭਗਵੰਤ ਮਾਨ, ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਬਾਦਲ ਅਤੇ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਹਲਕੇ ਤੋਂ। ਅਤੇ ਹੌਟ ਸੀਟ ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਨੇ ਨਾਮਜ਼ਦਗੀ ਪਰਚਾ ਭਰਿਆ ਹੈ ਅਤੇ ਇਸ ਦੌਰਾਨ ਉਹ ਬਿਕਰਮ ਮਜੀਠੀਆ 'ਤੇ ਜੰਮ ਕੇ ਵਰੇ। ਹਲਕਾ ਉਹਨਾਂ ਨੇ ਕਿਹਾ ਕਿ ਹਲਕਾ ਮਜੀਠਾ ਛੱਡ ਕੇ ਬਿਕਰਮ ਮਜੀਠੀਆ ਸਿਰਫ ਅੰਮ੍ਰਿਤਸਰ ਈਸਟ ਤੋਂ ਚੋਣ ਲੜ ਕੇ ਦਿਖਾਉਣ। ਚੁਣੌਤੀ ਦਿੱਤੀ ਗਈ ਨਵਜੋਤ ਸਿੱਧੂ ਵੱਲੋਂ ਸਿੱਧੀ ਸਿੱਧੀ ਬਿਕਰਮ ਮਜੀਠੀਆ ਨੂੰ ਕਿ ਉਹ ਮਜੀਠਾ ਹਲਕਾ ਛੱਡਣ ਅਤੇ ਜੇ ਸਿੱਧੀ ਲੜਾਈ ਲੜਨੀ ਹੈ ਤਾਂ ਅੰਮ੍ਰਿਤਸਰ ਈਸਟ ਆ ਕੇ ਚੋਣ ਲੜ। ਜੇ ਇੰਨਾ ਹੀ ਦਮ ਹੈ ਤੇ ਇੰਨਾ ਹੀ ਭਰੋਸਾ ਹੈ ਲੋਕਾਂ ਦੇ ਉੱਤੇ, ਫਿਰ ਛੱਡ ਮਜੀਠਾ ਤੇ ਆ ਕੱਲ ਇਕੱਲਾ ਲੜ, ਇਕੱਲੀ ਸੀਟ ਤੇ ਲੜਨਾ, ਲੜ ਲੜ
है दम ये गंद पाउण आए है ये दसन भी इन्हां दे प्लाट विकदे सी ये कित्थों आ गईआं रेंज रोवरां ये कित्थों आ गए प्लाट ये कित्थों आ गईआं पार्किंग लॉटां ते करोड़ करोड़ की जमीन इन्हें तीन तीन करोड़ बेची कि नहीं बेची चिट्टा वेचिया कि नहीं वेचिया चोर चोर मौसेरे भाई ये चोर रल गए ये जिन्ने चोर माफिया चलाने वाले चोर रेता चोर शराब चोर शराब की समगलिंग करने वाले ये जिन्ने तस्करी करने वाले चिट्टा वेचने वाले ये सारे रल गए इन्हों फिक्र है कि सिद्धू बह गया ना कुर्सी पर साढ़े बाजार बंद कर दू सू ढा दू भाई इन्हों ये फिक्र है साड़ी दुकानदारी चलती रहे ये रले हुए ने 75-25 खेडते हैं। ते तूरी तो आम आदमी पार्टी के मुख्यमंत्री उम्मीदवार भगवंत मान ने भी अज्ज नामजदगी दाखिल की। इस दौरान उन्होंने माता उन्होंने नाल रहे भगवंत मान ने कहा कि आप दी सरकार आने ते उन्हों की तरजीह रोजगार सिक्ख्या ते होर मसलियां नू लैके रहेगी। तूरी हलका जिथों भगवंत मान चोन लड़ रहे ने अज अपनी माता नू नाल लैके अपने नामजदगी पत्र भरन पहुंचे। 30 जनवरी धूरी विधानसभा हल्के तो आम आदमी पार्टी ने मैनू जिहड़ी जिम्मेदारी दित्ती सी अज मैं अपने कागज जिहड़े ने ओ फाइल कीते ने नॉमीनेशन फाइल कीता है और इलेक्शन कमीशन दियां गाइडलाइंस मुताबक सब कुछ असी रीचेक करके जिहड़ा ओ कागज फाइल किए ने। धूरी के लोगों नूं मैं यही तुहाडे जरिए बेनती करूंगा कि जिवें पहला मैनूं प्यार दिंदे रहे हो 14 च 19 च 17 च जितों भी किते सद्दा दित्ता तां दुगणे तिगणे जोश नाल जिहड़े ने धूरी के लोग बाहर आए ने। ते डेरा बाबा नानक तो कांग्रेसी उम्मीदवार ते गृह मंत्री सुखजिंदर सिंह रंधावा वल्लों अपने नामजदगियां भरियां गईआं। इत्थों अकाली दल बसपा गठजोड़ तो रवि करन सिंह कालों आम आदमी पार्टी तो गुरदीप सिंह रंधावा ते भाजपा तो कुलदीप सिंह चोण मैदान दे विच ने। हाँ जी अज मैं नॉमीनेशन दाखिल किए ने और पंजाब च तकरीबन कांग्रेस वाले ने 25 तो ही स्टार्ट किए सी। अज नॉमीनेशन पेपर दाखिल करके एक प्रॉपर जी इलेक्शन भी स्टार्ट हो गई है। कई दिनों तो इलेक्शन जी चल रही सी पर जिस दिन नॉमीनेशन पेपर फाइल किए जाते प्रेस वाले ने उस दिन ही होंगे कि हूँ एक्चुअल इलेक्शन जी स्टार्ट हो गई है। तो वाहगुरु के गुरु नानक साहब की कृपा के नाल इस हल्के चो डेर बाबा नानक चो 2 वर लगातार गुरु महाराज ने जित बख्शी आ और तीजी बारी फिर अरदास करके आया कि बाबा नानक जे तेरी सेवा की है तेरे इलाके की सेवा की है तो मेरे ते कृपा कर